ਅਸਲਾਮੁਅਲੈਕੁਮ ਸਾਰੇ ਬੈਣ ਬਰਾਵਾਂ ਨੂੰ ਸਾਡੇ ਚੈਨਲ 'ਚ ਅੱਜ ਇਹ ਤੀਸਰੀ ਵੀਡੀਓ ਹੈ ਪਾਕਿਸਤਾਨੀ ਵਿਲੇ ਲਾਈਵ ਸਾਡੇ ਚੈਨਲ ਦਾ ਨਾਮ ਹੈ ਤੇ ਮਿਹਰਬਾਨੀ ਕਰਕੇ ਤੁਸੀਂ ਸਬਸਕ੍ਰਾਈਬ ਵੀ ਕਰਨਾ ਲਾਈਕ ਵੀ ਕਰਨਾ ਤੇ ਕਮੈਂਟਸ ਵੀ ਕਰਨਾ ਤੇ ਸਾਨੂੰ ਇਹ ਤੁਸੀਂ ਬੈਣ ਬਰਾਵਾਂ ਲਾਜ਼ਮੀ ਦੱਸਣਾ ਭਾਈ ਸਾਡੀ ਜਿਹੜੀ ਵੀਡੀਓ ਹੈ ਉਹ ਤੁਹਾਨੂੰ ਪਸੰਦ ਆ ਰਹੀਆਂ ਨੇ ਜਾਂ ਕੋਈ ਨਹੀਂ ਆ ਰਹੀਆਂ ਜਾਂ ਕੋਈ ਵੇਦੇ ਵੀ ਪਏ ਹੋ ਜਾਂ ਕੋਈ ਨਹੀਂ ਵੇਦੇ ਕੋਈ ਇਹ ਸਾਨੂੰ ਲਾਜ਼ਮੀ ਤੁਸੀਂ ਦੱਸਣਾ ਠੀਕ ਹੈ ਤੇ ਅੱਜ ਦੀ ਤੁਹਾਨੂੰ ਇੱਕ ਬੜੀ ਮਜ਼ੇ ਦੀ ਗੱਲ ਸੁਣਾਣੇ ਆ ਜਿਸ ਤਰ੍ਹਾਂ ਦੇ ਮੁਲਕੀ ਹਾਲਾਤ ਜਾ ਰਹੇ ਨੇ ਤੇ ਤੁਹਾਨੂੰ ਪਤਾ ਜੀ ਮਹਿੰਗਾਈ ਵੀ ਬੜੀ ਹੈ ਪੈਟਰੋਲ ਹੀ ਸ਼ਾਰਟ ਹੋਇਆ ਪਿਆ ਤੇ ਕੋਈ ਨਹੀਂ ਮਿਲ ਰਿਹਾ ਕਿਦੋਂ ਹੋਵੇ ਪੈਟਰੋਲ ਪੰਪਾਂ ਤੋਂ ਸਾਰੇ ਬੰਦ ਬੁੰਦ ਕੀਤੀ ਪੈਣ ਤੇ ਇੱਕ ਪੁਰਾਣੇ ਵਕਤਾਂ ਦੀ ਗੱਲ ਇੱਕ ਹੁੰਦਾ ਹੀ ਬਾਦਸ਼ਾਹ ਤੇ ਰਾਤੀ ਨਾ ਬੜੀ ਗਿੱਦੜਾਂ ਦੀ ਆਵਾਜ਼ ਆਵੇ ਗਿੱਦੜਾਂ ਦੀ ਅੱਛੀ ਖੈਣ ਤੇ ਐਂ ਚਿਲਾਵਣ ਨਾ ਤੇ ਬਾਦਸ਼ਾਹ ਆਪਣੇ ਵਜ਼ੀਰ ਨੂੰ ਆਖਿਆ ਭਈ ਪਤਾ ਤਾਂ ਕਰਨਾ ਇਹ ਦੀ ਕਿਦੂ ਆਵਾਜ਼ ਆਉਂਦੀਆਂ ਕਿਹੜਾ ਦੀਆਂ ਤੇ ਵਜ਼ੀਰ ਆਖਿਆ ਜੀ ਵਜ਼ੀਰ ਉਦੋਂ ਬੜੇ ਸਿਆਣੇ ਹੁੰਦੇ ਹਨ ਸਮਝਦਾਰ ਹੁੰਦੇ ਹਨ ਜੀ ਜਿਵੇਂ ਅੱਜ ਦੇ ਵਜ਼ੀਰ ਸਮਝਦਾਰ ਨੇ ਇੰਜਰੀ ਤੋਂ ਉਦੋਂ ਨਹੀਂ ਸਮਝਦਾਰ ਹੁੰਦੇ ਹਨ ਤੇ ਵਜ਼ੀਰਾਂ ਬਾਦਸ਼ਾਹ ਨੂੰ ਆਖਿਆ ਬਾਦਸ਼ਾਹ ਜੀ ਖੁਰਾਕ ਦੀ ਬੜੀ ਕਮੀ ਹੈ ਤੇ ਗਿੱਦੜੀ ਸਵਜਾ ਤੁਨਾ ਚੀਖਦੇ ਨੇ ਤੇ ਚਿਲਾਉਂਦੇ ਨੇ ਆਦਨ ਬਾਈ ਨਾਲ ਕੋਸ਼ਿਸ਼ ਦੀ ਖਾਣ ਪੀਣ ਨੂੰ ਮਿਲੇ ਤੇ ਬਾਦਸ਼ਾਹ ਆਖਿਆ ਜੀ ਉਦੋਂ ਨਾ ਖਜ਼ਾਨੇ ਚ ਜਿਹੜੀ ਕੋਈ ਖੁਰਾਕ ਚਾਹੀਦੀ ਨੇ ਨਾ ਉਹ ਉਹਨਾਂ ਨੂੰ ਪਹੁੰਚਾਓ ਤੇ ਇਹਨਾਂ ਦਾ ਜਿਹੜਾ ਹੈ ਨਾ ਰੋਜ਼ ਦਾ ਰੋਣ ਧੋਣ ਇਹਨਾਂ ਦਾ ਬੰਦ ਕਰੋ ਵਜ਼ੀਰ ਹਰਸ਼ਾ ਚਾਹੀ ਜੀ ਸਮਾਨ ਵਜ਼ੀਰ ਨੂੰ ਦਿੱਤਾ ਗਿਆ ਕੋਈ ਉਸ ਸਮਾਨ ਘਾਰੇ ਢੋਆ ਕੋਈ ਦੋਸਤਾਂ ਦੀ ਤੋਰ ਕੋਈ ਰਿਸ਼ਤੇਦਾਰਾਂ ਨੂੰ ਇੰਜਰੀ ਖਾ ਪੀ ਕੇ ਤਾਂ ਫਾਰਗ ਹੋ ਗਿਆ ਦੂਈ ਰਾਤੀ ਮੋਣ ਪਈ ਤੇ ਗਿੱਦੜ ਮੋਣ ਜਿਆ ਕੁਕਮਾਰਨ ਲੱਗ ਗਏ ਤੇ ਚੀਖਣ ਨੂੰ ਤੇ ਚਿਲਾਉਣ ਨੂੰ ਲੱਗ ਗਏ ਬਾਦਸ਼ਾਹ ਮੋਣ ਵਜ਼ੀਰ ਨੂੰ ਸਦਿਆ ਉਸ ਤਾਂ ਕਿਹਾ ਰੋਟੀ ਤੇ ਨਾਂ ਪਹੁੰਚਾ ਨਹੀਂ ਦਿੱਤੀ ਖੁਰਾਕ ਸ਼ੁਰਾਕ ਤੇ ਹੁਣ ਇਹਨਾਂ ਦਾ ਕੀ ਮਸਲਾ ਬਣਿਆ ਇਹ ਮੋਂੁੰਨ ਜੀ ਆਵੇ ਤੇ ਚੀਖ ਤੇ ਚਿਲਾਉਂਦੇ ਪੈ ਨੇ ਇਹ ਇਨਾਂ ਦਾ ਕੀ ਦੀ ਰੋਲਾ ਹੈ ਉਸ ਆਖਿਆ ਜੀ ਬਾਦਸ਼ਾਹ ਜੀ ਇਹ ਸਰਦੀ ਹੈ ਬਹੁਤ ਜ਼ਿਆਦਾ ਤੇ ਇਸੇ وجہ ਨਾਲ ਨਾ ਇਨਾਂ ਨੂੰ ਹੈ ਨਾ ਬਿਸਤਰੇ ਚਾਹੀਦੇ ਪਾਲ ਲਈ ਨੇ ਵਿਚਾਰਿਆਂ ਲੱਗਦਾ ਤੇ ਇਹ ਆਦਨ ਜੀ ਸਾਨੂੰ ਨਾ ਬਿਸਤਰੇ ਦਿਓ ਤੇ ਅਸੀਂ ਜਨਾਬ ਨਾ ਬਈ ਬੱਚੇ ਨਹੀਂ ਲੈ ਕੇ ਸੌਣਾ ਤੇ ਆਪ ਵੀ ਸੌਣਾ ਬਿਸਤਰੇ ਸਾਨੂੰ ਚਾਹੀਦੇ ਸਰਦੀ ਬੜੀ ਹੈ ਬਾਦਸ਼ਾਹ ਆਖਿਆ ਜੀ ਇਨਾਂ ਨੂੰ ਨਾ ਬਿਸਤਰੇ ਦਿਓ ਜੀ ਜਿੰਨੇ ਚਾਹੀਦੇ وزیر سارے بسترے چائے کوشش گھر پہنچائے کوئی رشتہ دار ہیں تے کوئی دوست ہیں تے دے دال دے سارے تقسیم کر دیتے تری رات منہ پائی تے منہ جرید گدڑ ککنے لگ گئے ہوون تے چیخنے لگ گئے ہوون تے بادشاہ نو تو بڑا غصہ آیا بادشاہ کہے انوں بسترے دیتے انوں روٹی دیتی انوں دیا ہر شاید خوراک انوں ہر شے دے چکے ہیں بادشاہ وزیر نو سدہ ہو سا کہ دیا پتہ کرنا اے منہ کی مسئلہ بڑا غصہ ہویا بادشاہ ਵਜ਼ੀਰ ਆਖਿਆ ਜੀ ਤੁਸੀਂ ਟੈਨਸ਼ਨ ਨਾ ਲਵੋ ਤੇ ਮੈਂ ਨਾ ਤੁਹਾਨੂੰ ਪਤਾ ਕਰਕੇ ਦੱਸਿਆ ਨਾ ਵਜ਼ੀਰ ਹੁਣ ਬਾਦਸ਼ਾਹ ਨੂੰ ਖੁਸ਼ ਕਰਨ ਆਈ ਉਹ ਗਿਆ ਬਹਿ ਰਹੀ ਜੇ ਥੋੜੀ ਦੇਰ ਬਹਿ ਬੂ ਕੇ ਤੇ ਅੰਦਰ ਆ ਗਿਆ ਉਸ ਆਖਿਆ ਬਾਦਸ਼ਾਹ ਜੀ ਉਹ ਤਾਂ ਬੜੇ ਖੁਸ਼ ਨੇ ਉਹ ਅੱਜ ਤਾਂ ਕੂਕਾ ਮਾਰ ਰਹੇ ਨੇ ਉਹ ਖੁਸ਼ੀ ਦੀ ਵਜ੍ਹਾ ਤੋਂ ਤੇ ਉਹ ਨਾ ਕਿ ਅਸੀਂ ਹਰ ਰੋਜ਼ ਬਾਦਸ਼ਾਹ ਦਾ ਸ਼ੁਕਰੀਆ ਅਦਾ ਕਰਨਾ ਬਾਦਸ਼ਾਹ ਬੜਾ ਖੁਸ਼ ਹੋਇਆ ਉਸ ਮੂਣ ਵਜ਼ੀਰ ਨੂੰ ਕੁਝ ਇਨਾਮ ਸ਼ਿਨਾਮ ਹੀ ਦਿੱਤਾ ਉਸ ਆਖਿਆ ਤੂੰ ਬੜਾ ਨੇਕੀ ਦਾ ਕੰਮ ਕੀਤਾ ਤੇ ਇਹ ਆਜ ਕੱਲ ਦੀ ਹਕੂਮਤ ਦੀ ਆ ਗੱਲ ਹੈ ਜੀ ਵਜ਼ੀਰ ਇੰਜ ਸਾਡੇ ਨੇ ਉਹ ਜੀ ਜਿਹੜੇ ਵਜ਼ੀਰ ਨੇ ਉਹ ਬਾਦਸ਼ਾਹ ਨੂੰ ਖੁਸ਼ ਕਰ ਰਹੇ ਹਨ ਉਹ ਨੂੰ ਓਕੇ ਦੀ ਰਿਪੋਰਟ ਦੇ ਰਹੇ ਬਾਦਸ਼ਾਹ ਖੁਸ਼ ਬੈਠੋ ਹੁਣ ਕੋਈ ਖਬਰ ਨਹੀਂ ਆਵਾਮ ਦੇ ਨਾਲ ਕੀ ਗੁਜ਼ਰਦੀ ਪਈ ਹੈ ਕੀ ਨਹੀਂ ਗੁਜ਼ਰਦੀ ਭਾਈ ਕਿਉਂਕਿ ਵਜ਼ੀਰਾਂ ਜੋ ਕੰਮ ਪਾਇਆ ਹੈ ਸਾਰਾ ਤੇ ਇੰਜ ਰਹੀ ਤੀ ਹੈ ਤੇ ਆਖੇ ਤੇ ਤੁਹਾਨੂੰ ਜੀ ਇੱਕ ਖੂਬਸੂਰਤ ਜੀ ਅਸੀਂ ਜੋ ਹੈ ਪੰਜਾਬੀ ਦਾ ਮੀਆਂ ਮੁਹੰਮਦ ਬਖਸ਼ ਦਾ ਉਹ ਇੱਕ ਛੋਟਾ ਜਿਹਾ ਅਸੀਂ ਤੁਹਾਨੂੰ ਕਲਾਮ ਸੁਣਾਵਾਂਗੇ ਤੇ ਮੂੰਹ ਅਸੀਂ ਤੁਹਾਡੇ ਕੋਲ ਚਾਵਾਂਗੇ ਜੀ ਜਾਜ਼ਤ ਮੀਆਂ ਮੁਹੰਮਦ ਬਖਸ਼ ਕਹਿੰਦੇ ਨੇ ਜੀ ਟੁਰ ਜਾਣੇ ਨੇ ਸਭ ਰੰਗ ਰੰਗੀਲੇ ਬਸ ਨਾਮ ਖੁਦਾ ਦਾ ਰਹਿਣਾ ਇਹ ਜਿੰਨੀਆਂ ਸ਼ਕਲਾਂ ਨੇ ਨਾ ਸਾਰੀਆਂ ਕੋਈ ਗੋਰਾ ਹੈ ਚਿੱਟਾ ਹੈ ਕਾਲਾ ਹੈ ਜਿਸ ਸ਼ਕਲ ਦਾ ਹੀ ਹੈ ਇਹ ਸਾਰੇ ਕੁਝ ਟੁਰ ਜਾਣੇ ਨੇ ਮੀਆਂ ਮੀਆਂ ਸਾਹਿਬ ਕਹਿੰਦੇ ਨੇ ਕਿ ਟੁਰ ਜਾਣੇ ਸਭ ਰੰਗ ਰੰਗੀਲੇ ਬਸ ਇੱਕ ਨਾਮ ਖੁਦਾ ਦਾ ਰਹਿਣਾ ते दम दम नाल मी हम मियाँ मुहम्मद बख्शा अल्लाह अल्ला अल्लाह कहना बस सिर्फ ना है खुदा दह जाना है उसकी इबादत करो उसका ना उसे दा जिक्र करो उस दमाज़ा पढ़ो बस यही काम है जी रह गया दुनिया ते बस इस तू अलावा कुछ भी कोई नहीं साड़ी जी जिंदगी है बस चंद दिन दी है अस हूँ थोड़े को चाहने इजाजत उम्मीद करने जी तो जी साडियो पसंद आई हो सू हूँ इजाजत दो जी ਤੇ لازمی ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਕਰਦੇ ਹੋ ਆ ਤੇ ਸਾਨੂੰ ਦੱਸਦੇ ਆ ਜੀ